बाइट और गला चलो सात के दिन हो गए ने पहलन वैड नंबर आ गई दो ते माशाल्लाह जी लिबास भी सोना कीता बॉडी स्कोर भी चंगा दूध किन्ना के भाई सदे कोल दोवां टाइमां दा टोटल बचे समेत जिहड़ा मौजूदा दुध कोई 16 किलो दी गारंटी होई दी तीन चार दिन हो गए ने भाई लम्मी टोर के खड़े हो जरा बोले ते ये बोला किन्ना किदे कोल बोला है कोई 18-19 किलो दोवां टाइमां दा टोटल बचे समेत कोई 18 किलो बोला वे सुबह दूसरा सुई है तीन तो चार दिन हो गए माशाल्लाह जी लिबास भी सोहना किया बरीक पशम पुट्ठा भी दोस्तों चेक करवा देने सेम एक ही कलर विच नस्ल की भाई असद दी सलाम अलैकुम सजनो ते बेलियो उम्मीद करना के सारे दोस्त अहबाब अल्लाह पाक दे फजल ते करम दे नाल हैरियत नाल होंदे अज दिन जी मंगल दा ते इस टाइम फहरे सियालकोट सियालकोट दे नामवर ते नौजवान व्यापारी असद डोगर साहब दे डेरे ते मौजूद आ ते माशाल्लाह जी भाई असद साहब हमेशा दी तरह मेहनत करके दोस्तां वास्ते चार हू खूबसूरत टॉप क्लास असली ते नस्ली शौकिया गावां जिन्हां च माशाल्लाह जी 16-17 किलो दुद्ध वालियां गावां भी मौजूद ने इस तों अलावा दो खूबसूरत झोटियां भी लैके आए ने सारे जानवरां दी तसल्ली करवाने ते इन्हां दा जिहड़ा प्यार मुहब्बत वाला जायज़ मुनासिब रेट है वह भी मालूम करने आ भाई असद साहब आओ जी सामने जी अस्सलाम वालेकुम अल्लाह पाक दा बड़ा शुक्र दी जात दा बड़ा करम है भाई असद तुसी सुनाओ ठीक हो सब हैरियत है हां जी अल्लाह पाक दा बड़ा शुक्र है जी ओदी जात दा बड़ा करम है शौक अच्छा करवांदे ऑलरेडी काफी वीडियोस अपलोड कीतीयां ने माशाल्लाह जी माल भी असली ते नस्ली लाके आंदे अज भी तुसी कमाल करना है इंशाल्लाह दोस्त जनाब दे नाम तो जनाब दे काम तो बाहुबी वाकफ ने दोस्तों नु फिर अपना ते अपने डेरे दा भी मुकम्मल तारीफ करवा दे तहसील डस्का जिला सियालकोट पिंड पुरचक मोटर साइड 8-9 किलोमीटर बजाना साइड 8-9 किलोमीटर है दफराज भाई दो वीडियो मिस हो गया मजा नाल चले गए हैं पापा तो मजा कल आई ने कल ही सेल हो गया मेरे मजा दा शौक का है ਉਹ ਤੇ ਵੇਖੋ ਨਾ ਤੂੰ ਹਾਂ ਨੂੰ ਝਲਕੀ ਵੀ ਨਹੀਂ ਦਵਾਈ ਮੱਝਾਂ ਆਈਆਂ ਐ ਨੇ ਤੇ ਤੁਸੀਂ ਨਾਲੋ ਨਾਲ ਹੀ ਸੇਲ ਕਰ ਦਿੱਤੀ ਸੁਭਾਈ ਨੇ ਕੱਲ ਦੇ ਸ਼ਾਮ ਤੱਕ ਵੇਖਿਆ 7 ਵਜੇ ਲੱਗ 7 ਵਜੇ ਤੱਕ ਵੇਖਿਆ ਆਦਾ ਮਤਲਬ ਜੇ ਕਿਸੇ ਦੋਸਤ ਮੱਝ ਲੈਣੀ ਹੋਵੇ ਤੇ ਤੁਹਾਨੂੰ ਜਿਹੜਾ ਐਡਵਾਂਸ ਬੁਕਿੰਗ ਉਹ ਕਰਵਾਣੀ ਚਾਹੀਦੀ ਹੈ ਹਾਂ ਜੀ ਜੀ ਬਿਹਤਰ ਹੋ ਗਿਆ ਕਰਵਾਈਏ ਸ਼ੋਕ ਆਓ ਜੀ ਮੁੰਨਾ ਭਾਈ ਲੈ ਗਿਆ ਮਾਸ਼ਾਅੱਲਾ ਜੀ ਸਕੂਨ ਨਾਲ ਈਜ਼ੀ ਹੋ ਕੇ ਵੀਡੀਓ ਬਣਾਉਣੀ ਹੈ ਵੈਡ ਨੰਬਰ 1 ਲਾ ਉਹ ਗਾਵਾਂ ਚਾਰ ਨੇ ਚਵੇਂ ਅਸਲੀ ਤੇ ਨਸਲੀ ਨੇ ਸੁਬਾ ਸ਼ਾਟ ਹੈ ਲੇਕਿਨ ਭਾਈ ਯਾਰਾਂ ਦੀ ਮਿਹਨਤ ਤੇ ਜਾਨਵਰ ਛਤਲਾਸ਼ ਕਰਕੇ ਲਿਆਂਦੇ ਨੇ ਇਹ ਵੀ ਚੁੰਗੀ ਹੈ ਵੈਡ ਨੰਬਰ 1 ਆ ਗਈ ਅਬਦੁੱਲਾ ਭਾਈ ਹਲਕੀ ਜੀ ਟੋਰ ਕੇ ਖੜਨੀ ਹੈ ਜੀ ਭਾਈ ਅਸਸ ਸਾਹਿਬ ਸੁਬਾ ਕਿਨਵਾ ਦੀ ਕਿਦੋਂ ਦੀ ਸੂਈ ਹੈ ਸੁਬਾ ਦੂਸਰਾ ਹਾਂਜੀ 6 ਦੰਦੇ ਕਿਦਾਂ ਦੀ ਸੂਈ ਹੈ ਜੀ ਇਹ ਬੋਲੇ ਤੇ ਇਹ ਸੁਬਾ ਦੂਸਰਾ ਤੇ ਮੂੰਹ ਦੀ ਛਿੱਗੀ 2 ਤੋਂ 3 ਦਿਨ ਹੋ ਗਏ ਨੇ ਬੋਲੇ ਤੇ ਵਲ ਕਰ ਭਾਈ ਟੋਰ ਕੇ ਲਿਆ ਬੋਲਾ ਕਿੰਨਾ ਕੇ ਭਾਈ ਅਸਸ ਦੇ ਕੋਲ ਇਸ ਤੇ 13-14 ਕਿਲੋ ਬੋਲਾ ਦੋਆਂ ਟਾਈਮਾਂ ਦਾ ਟੋਟਲ ਬੱਚੇ ਸਮੇਤ 13 ਤੋਂ 14 ਕਿਲੋ ਜਿਆਦਾ ਮਰਿਆ ਜਾਂ ਦੂਸਰੀ ਦਾ ਠੀਕ ਹੈ ਫਿਰ ਚਵਾਈ ਕਿੰਨੀ ਕਰਦੇ ਹੋ ਚਵਾਈ ਪਾੜੇ ਤੇ ਚਵਾਈ ਦੋਵੇਂ ਟਾਈਮ ਪਾੜੇ ਤੇ ਜਿਆਦਾ ਮਰ ਗਿਆ ਇੱਥੇ ਮੌਜੂਦ ਹੈ ਦੋਸਤਾਂ ਨੂੰ ਵੀ ਚੈੱਕ ਕਰਵਾਣੇ ਆ ਪ੍ਰਿੰਟ ਦੀ ਸ਼ਾਈਨਿੰਗ ਚਮਕ ਦੋਸਤਾਂ ਵੇਖ ਲੈਣੀ ਭਾਈ ਇੱਥੇ ਖਿਲਾ ਰਿਹਾ ਰਵੇਲ ਦੀ ਕਾਫੀ ਹੈ ਕਾਲੇ ਸੋਹਣੇ ਮੁੱਠੀ ਮਾਸ਼ਾਅੱਲਾ ਜੀ ਥਣ ਲੱਗੇ ਨੇ ਬਰੀਕ ਪਸ਼ਮ ਹੈ ਖੂਬਸੂਰਤੀ ਚੈੱਕ ਕਰਨੀ ਹੈ ਅਸਦ ਭਾਈ ਨਸਲ ਕੀ ਜਦੀ ਫਰੀਜ਼ੀਅਨ ਤੇ ਚੋਲਸਤਾਨੀ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਹੈ ਮਜ਼ਬੂਤ ਕਰਾਸ ਗਰਮੀਆਂ ਦਾ ਤੋਹਫਾ ਚਿਹਰਾ ਦੋਸਤਾਂ ਫਿਰ ਵੇਖਣਾ ਇਹ ਵੀ ਚੁੰਗੀ ਸੋਹਣੇ ਮਾਸ਼ਾਅੱਲਾ ਜੀ ਮੁੱਠੀ ਕਾਲੇ ਥਣ ਲੱਗੇ ਨੇ ਭਾਈ ਹਲਕਾ ਜਿਹਾ ਟੁਰ ਕੇ ਲੈ ਚਲੋ ਜੀ ਬੋਲਾ ਦੋਵਾਂ ਟਾਈਮਾਂ ਦਾ ਟੋਟਲ 13 ਤੋਂ 14 ਕਿਲੋ ਚਵਾਈ ਦੋਵੇਂ ਟਾਈਮ ਪਾੜੇ ਤੇ ਹਾਂਜੀ ਠੀਕ ਭਾਈ ਸੌ ਸੀ ਲੈ ਇੱਥੇ ਭਾਈ ਭਾਈ ਉੱਥੇ ਜੀ ਬਿਹਤਰ ਹੋ ਗਿਆ ਇਹ ਜਾ ਸੀ ਇਹਦਾ ਪਿੱਛੇ ਨਾ ਵੀ ਵਾਹੀ ਜਾ ਠੀਕ ਹੈ ਇਹ ਜਿਆਦਾ ਮਰ ਗਿਆ ਹਾਂਜੀ ਨਾੜੂ ਫਰਾਂ ਭਾਈ ਸੂਈ ਨੂੰ 2-3 ਦਿਨ ਨਾੜੂ ਹੈ ਨਾੜੂ ਵੀ ਦੋਸਤਾਂ ਵੇਖ ਲੈਣਾ ਠੀਕ ਹੈ ਜਾ ਕਿਦਨ ਮਰਿਆ ਜਾ ਰਾਤੀ ਮਰਿਆ ਰਾਤ ਦਾ ਮਰਿਆ ਠੀਕ ਹੈ ਕੀ ਰੇਟ ਹੈ ਭਾਈ ਅਸਸ ਸਾਹਿਬ ਐਡ ਨੰਬਰ 1 ਦਾ ਸੋਹਣਾ ਜਿਹਾ ਖੜਾਕ ਵਾਲਾ ਇਹਨਾਂ 3.5 ਲੱਖ ਇਹਨਾਂ ਦਾ ਫਰਾਂ ਭਾਈ 4-10 ਹੀ ਬੱਚਾ ਮਰ ਗਿਆ ਤੇ 3.5 ਲੱਖ 3,50,000 ਜੀ ਬਿਹਤਰ ਹੋ ਗਿਆ ਫਰਾਂ ਭਾਈ ਚੱਕ ਜੀ ਕਰੋ ਮਾਸ਼ਾਅੱਲਾ ਜੀ ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ ਅੱਗੇ ਆ ਗਈ ਨੰਬਰ 2 ਤੇ ਖੂਬਸੂਰਤ ਚੀਜ਼ ਹੈ ਕਿਨਵਾ ਸੁਆ ਫਰਾਂ ਭਾਈ ਪਹਿਲਾਂ ਮੂਹਾਂ ਦੋਂਦੀ ਤੋਂ ਚੋਗੀ ਹੋਣੀ ਦੋਂਦੀ ਤੋਂ ਚੋਗੀ ਸ਼ਾਨਦਾਰ ਪਹਿਲਾਂ ਨੇ ਲਿਬਾਸ ਹੀ ਦੋਸਤਾਂ ਵੇਖ ਲੈਣਾ ਪੂਰੀ ਹੁਸਨ ਵਾਲੀ ਚੀਜ਼ ਹੈ ਕੁਆਲਿਟੀ ਮਿਆਰ ਤੇ ਕੰਪਰੋਮਾਈਜ਼ ਇਨਸ਼ਾਅੱਲਾ ਨਹੀਂ ਹੋਏਦਾ ਜਸਾਮਤ ਕਿੱਡੀ ਹੈ ਕੰਨ ਛੋਟੇ ਨੇ ਦੋਂਦੀ ਤੋਂ ਚੋਗੀ ਹੁੰਦੀ ਹੈ ਭਈ ਕਿਦਾਂ ਦੀ ਸੂਈ ਹੈ ਜੀ ਰਾਜਾ ਜੀ ਸੂਈ ਕੋ 6-7 ਦਿਨ ਹੋ ਗਏ ਬਾਈ ਟੋਰ ਕੇ ਲੈ ਚਲੋ 7 ਕੇ ਦਿਨ ਹੋ ਗਏ ਨੇ ਪਹਿਲਣ ਵੈੜ ਇਹ ਨੰਬਰ ਆ ਗਈ 2 ਤੇ ਮਾਸ਼ਾਅੱਲਾ ਜੀ ਲਿਬਾਸ ਵੀ ਸੋਹਣਾ ਕੀਤਾ ਬਾਡੀ ਸਕੋਰ ਵੀ ਚੰਗਾ ਦੁੱਧ ਕਿੰਨਾ ਕੇ ਭਾਈ ਅਸਦ ਦੇ ਕੋਲ ਇਹ ਸਭ ਦਾ ਕੋ 16-14 ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਮੌਜੂਦਾ ਦੁੱਧ ਦੇ ਕੋਈ 16 ਕਿਲੋ ਦੀ ਗਰੰਟੀ ਹੋਈ ਦੀ ਭਾਈ ਇੱਥੇ ਖਿਲਾ ਰਿਓ ਜ਼ਰਾ ਲੰਮੀ ਕਰਕੇ ਜਾ ਕੀ ਮੁੰਨਾ ਭਾਈ ਪਿੱਛੇ ਜਾ ਥੱਲੇ ਰੱਖੋ ਵੱਛੀ ਆਪੀ ਵੀ ਪਹਿਲਣ ਵੈੜ ਪਿੱਛੇ ਦੇ ਵੱਛੀ ਜਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਵੱਛੀ ਦੋਸਤਾਂ ਚੈੱਕ ਕਰਵਾ ਦਿੰਨੇ ਆ ਵੈੜ ਦਾ ਚਿਹਰਾ ਚੈੱਕ ਕਰਨਾ ਨਸਲ ਕੀ ਭਾਈ ਅਸਦ ਦੀ ਜਰਸੀ ਦੇ ਕੋਈ ਚਲਗਾ ਜਾ ਚੋਲਸਤਾਨੀ ਕਰਾਸ ਹੈ ਮਾਸ਼ਾਅੱਲਾ ਜੀ ਸ਼ਾਨਦਾਰ ਚੀਜ਼ ਦੇ ਪ੍ਰਿੰਟ ਵੀ ਜ਼ਬਰਦਸਤ ਹੈ ਲੈ ਚਲੋ ਭਾਈ ਜਾਨ ਕਰਮ ਵਾਲੀ ਆ ਵੀ ਦੋ ਨੇ 6-7 ਦਿਨ ਹੋ ਗਏ ਨੇ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਕੋਈ 16 ਕਿਲੋ ਦੀ ਗਾਰੰਟੀ ਹੈ ਥਾਣਾ ਦੀ ਵੰਡ ਵੀ ਪਿਆਰੀ ਮਾਸ਼ਾਅੱਲਾ ਜੀ ਸੋਹਣਾ ਲਿਬਾਸ ਕੀਤਾ ਵੇ ਫਰੰਟ ਸਾਈਡ ਤੇ ਵੀ ਨਜ਼ਰ ਆਉਂਦਾ ਪਿਆ ਤੇ ਬੈਕ ਸਾਈਡ ਤੇ ਵੀ ਲੈ ਚਲੋ ਭਾਈ ਜਾਨ ਜਰਸੀ ਤੇ ਚੋਲਸਤਾਨੀ ਕਰਾਸ ਜੀ ਭਾਈ ਅਸਸ ਸਾਹਿਬ
ਕੀ ਰੇਟ ਹੈ ਜੀ ਵਾਰਡ ਨੰਬਰ 2 ਦਾ? ਰਾਜ ਭਾਈ ਇੰਦੇ ਗਏ ਨੇ 6 6 7 ਲੱਖ। ਤੁਸੀਂ ਭਾਈ ਖੜਾ ਕੀ ਕਰਨਾ? ਰਾਜ ਭਾਈ 4.5 ਲੱਖ ਰੁਪਏ। 4 ਲੱਖ ਤੇ 50 ਹਜ਼ਾਰ। ਹਾਂਜੀ ਜੀ ਬਿਹਤਰ ਹੋ ਗਿਆ। ਦੂਸਰੇ ਚੁਗੇ ਗਾਏ 7 8 ਲੱਖ ਦੀ ਬਣਦੀ ਹੈ। ਠੀਕ ਹੈ ਆ ਵੀ ਨਸਲੀ ਇਹ ਦੋਂਦੀ ਤੋਂ ਲਚੋਗੀ ਹੁੰਦੀ ਮਸ਼ੀਨ। ਆ ਵੇ ਆ ਚੈੱਕ ਕਰੋ ਜੀ ਜਾਓ ਲੈ ਆ ਕੇ ਜੇ ਮੁੰਨਾ ਭਾਈ ਸਾਈਡ ਤੇ ਭਾਈ ਇਹਦੀ ਸ਼ਰਾਫਤ ਚੈੱਕ ਕਰਾਉਂਦੇ ਨੇ ਵੀ ਪਹਿਲਨ ਵੈਟ ਦੀ ਮਾਸ਼ਾਅੱਲਾ ਜੀ ਤਕਰੀਬਨ 6 ਤੋਂ 7 ਦਿਨਾਂ ਦੀ ਸੋਈ ਹੈ। ਸਾਊਵੇ ਮਾਸ਼ਾਅੱਲਾ ਜੀ ਕਿ ਭਾਈ ਲਓ ਜੀ ਨੰਬਰ 3 ਵਾਲੀ ਅੱਗੇ ਆ ਗਈ ਨੰਬਰ 3 ਤੇ ਮੀਣੀ ਠੀਕ ਸਕੂਨ ਨਾਲ ਭਾਈ ਜੀ ਹੋ ਗਿਆ ਲਿਆਓ ਬਾਹਰ ਨੂੰ ਨੰਬਰ ਆ ਗਈ 3 ਤੇ ਮਾਸ਼ਾਅੱਲਾ ਜੀ ਇਹ ਵੀ ਮੀਣੀ ਹੈ ਭਾਈ ਕੱਢੋ ਜ਼ਰਾ ਖੁੱਲੀ ਜਗ੍ਹਾ ਤੇ ਜਸਾਮਤ ਵੱਡੀ ਹੈ ਸਿੰਘ ਵੀ ਲਾ ਕੇ ਦੋਸਤਾਂ ਚੈੱਕ ਕਰਵਾਉਣੇ ਆ ਭਾਈ ਜਨ ਖਿਲਾ ਰਿਓ ਉੱਥੇ ਕਿੰਨਵਾਂ ਸੁਆਸ ਹੋਈ ਹੈ ਭਾਈ ਅਸਦ ਹੈ ਭਾਈ ਦੂਸਰਾ ਸੁਆਸ ਸੁਆ ਦੂਸਰਾ ਸੁਈ ਹੈ ਮਾਸ਼ਾਅੱਲਾ ਜੀ ਬਰੀਕ ਪਛਮੇ ਇਹ ਵੀ ਸਿਹਤਮੰਦ ਹੈ 6 ਦੰਦ ਦੇ ਚਿਹਰਾ ਵੀ ਦੋਸਤਾਂ ਚੈੱਕ ਕਰਵਾ ਦਿੰਨੇ ਆ ਭਾਈ ਅਬਦੁੱਲਾ ਸਿੰਘ ਲਾਓ ਹਾਂ ਜ਼ਰਾ ਪਿਆਰ ਨਾਲ ਇਹ ਚੈੱਕ ਕਰੋ ਉਰਲਾ ਵੀ ਹਲਦਾ ਪਿਆ ਭਾਈ ਜਾ ਕੇ ਕਰਿਓ ਜ਼ਰਾ ਹੁਣ ਚੈੱਕ ਕਰਵਾਇਓ ਲਾ ਕੇ ਮੁੰਨਾ ਭਾਈ ਤੁਸੀਂ ਲਾ ਲਓ ਇੱਕ ਸਾਈਡ ਵਾਲਾ ਇਹ ਚੈੱਕ ਕਰ ਲਓ ਮਾਸ਼ਾਅੱਲਾ ਠੀਕ ਹੈ ਬਿਹਤਰੀਨ ਹੋ ਗਿਆ ਭਾਈ ਅਸਦ ਕਿਦਾਂ ਦੀ ਸੂਈ ਜੀ ਹੈ ਕੱਲ ਦੀ ਜਾ ਕੇ ਪਿੱਛੇ ਮੁੰਨਾ ਭਾਈ ਵੱਛੀ ਕਰਮ ਵਾਲੀ ਹੈ ਵੀ ਦੋਨੇ ਸੁਬਾਹ ਦੂਸਰਾ ਵੇ ਹੈ ਵੀ ਮੀਣੀ ਹੈ ਨਸਲੀ ਚੀਜ਼ ਆ ਪਿੱਛੇ ਤੇ ਵੱਛੀ ਹੈ ਨਾੜੂ ਵੀ ਭਾਈ ਚੱਕ ਕਰਾਏ ਦੋਸਤਾਂ ਨੇ ਠੀਕ ਹੈ ਜੀ ਇਹ ਮਾਸ਼ਾਅੱਲਾ ਜੀ ਨਾੜੂ ਦੀ ਦੋਸਤਾਂ ਵੇਖ ਲੈ ਬੋਲਾ ਕਿੰਨਾ ਕਿ ਭਾਈ ਅਸਦ ਦੇ ਕੋਲ ਹਲਕਾ ਜਿਹਾ ਟੁਰ ਕੇ ਲਿਆਇਓ ਜੀ ਬੋਲਾ ਅੱਜ ਕੋਈ 15 16 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਮੌਜੂਦਾ ਬੋਲਾ ਵੇ 15 ਤੋਂ 16 ਕਿਲੋ ਵੇ ਕਾਲੇ ਮਾਸ਼ਾਅੱਲਾ ਜੀ ਥਣ ਲੱਗੇ ਨੇ ਲਿਬਾਸ ਵੀ ਸੋਹਣਾ ਕੀਤਾ ਕ੍ਰਾਸ ਵੀ ਅੱਛਾ ਨਸਲ ਕੀ ਜੇ ਦੀ ਭਾਈ ਲਿਆਓ ਜੀ ਵਰਤਾ ਕੇ ਜਰਸੀ ਤੇ ਫਰੀਜ਼ੀਅਨ ਮੁੰਨਾ ਭਾਈ ਜਾ ਕੇ ਕਰੋ ਲੰਮੀ ਢੋਰੇ ਜ਼ਰਾ ਹੁਣ ਪੂਰੀ ਤਸੱਲੀ ਕਰਵਾਉਣੀ ਜੇ ਰਵੇਲ ਕਾਫੀ ਜਸਾਮਤ ਵੱਡੀ ਮੀਣੀ ਪਿੱਛੇ ਤੇ ਬੱਚੀ ਮਾਸ਼ਾਅੱਲਾ ਜੀ ਜਰਸੀ ਤੇ ਫਰੀਜ਼ੀਅਨ ਕ੍ਰਾਸ ਤੇ ਥਾਣੀ ਦੋਸਤਾਂ ਚੈੱਕ ਕਰਵਾ ਦਿੰਨੇ ਆ ਮਾਸ਼ਾਅੱਲਾ ਜੀ ਕਾਲੇ ਥਣ ਲੱਗੇ ਨੇ ਭਾਈ ਖਿਲਾ ਰਿਓ ਇੱਥੇ ਜ਼ਰਾ ਇਹ ਉਰਲੇ ਥਾਂ ਦੇ ਕੋਈ ਰਗੜ ਲੱਗੀ ਹਲਕੀ ਜੀ ਹਾਂਜੀ ਬਰਾਦ ਭਾਈ ਇਹ ਆਪਣੀ ਇਹ ਕਿਤੇ ਦੇਖੋ ਜੀ ਪਰਸਤੇ ਨਾ ਖਿਲਾ ਰਿਓ ਭਾਈ ਜਾਨ ਇਹ ਚੈੱਕ ਕਰ ਲਓ ਜੀ ठीक है बहनी वाला साइड वाला अगला ला चलो जी नुक्स कोई नहीं हल्का जी ये नहीं के रगड़ी कोई नुक्स नहीं उन्नी भी दा फड़े कोई फराद ला चलो भाई जान जर्सी तो फ्रीजियन की रेट है भाई असद वैड नंबर 3 दा वाह भाई रेट दा 4.5 दे नाल पावे जिने खरा करना 4.5 लाख 4.5 लाख हां जी बोला फेला जेड़ा मौजूदा आवे 15 किलो जी बेहतर हो गया कि भाई लियाओ जी नंबर 4 वाली अगे आ गई माशाल्लाह जी नंबर 4 ते मुन्ना भाई जरा तवज्जो करे लिया होया दा भी जा ਕਿੰਨਵਾਂ ਸੁਆ ਭਾਈ ਅਸਦ ਦਾ ਸੁਬਾਹ ਦੂਸਰਾ ਸੂਈ ਹੈ ਬਲੈਕ ਬਿਊਟੀ ਹੈ ਸੇਮ ਇੱਕ ਹੀ ਕਲਰ ਵਿੱਚ ਜਿਹੜੇ ਥਣ ਲੱਗੇ ਨੇ ਦੋਸਤਾਂ ਉਹ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ ਮੁੱਲ ਉਹਨਾਂ ਦੇ ਕੋਈ ਨਹੀਂ ਸੋਹਣੇ ਪਾਵਰਫੁੱਲ ਮੱਝਾਂ ਵਾਲੇ ਥਣ ਨੇ ਗਾਂ ਦੀ ਗਾਂ ਵੇ ਮੱਝ ਦੀ ਮੱਝ ਬਰੀਕ ਪਛਮੇ ਪ੍ਰਿੰਟ ਦੀ ਸ਼ਾਈਨਿੰਗ ਚਮਕ ਦਮਕ ਵੀ ਚੰਗੀ ਹੈ ਸੁਬਾਹ ਦੂਸਰਾ ਦੱਸਿਆ ਭਾਈ ਅਸਦ ਕਿਦਾਂ ਦੀ ਸੂਈ ਹੈ ਜੀ ਇਹ ਵੀ ਸੂਈ ਕੋਈ 3-4 ਦਿਨ ਹੋਏ ਲੈ ਚਲੋ ਭਾਈ ਹਲਕੀ ਜੀ ਟੋਰ ਕੇ 3-4 ਦਿਨ ਹੋ ਗਏ ਨੇ ਭਾਈ ਲੰਮੀ ਟੋਰ ਕੇ ਖੜੇ ਹੋ ਜ਼ਰਾ ਬੋਲੇ ਤੇ ਇਹ ਬੋਲਾ ਕਿੰਨਾ ਕਿਤੇ ਕੋਲ ਬੋਲਾ ਹੈ ਕੋਈ 18-19 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਕੋਈ 18 ਕਿਲੋ ਬੋਲਾ ਵੇ ਸੁਬਾਹ ਦੂਸਰਾ ਸੂਈ ਹੈ 3-4 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਲਿਬਾਸ ਵੀ ਸੋਹਣਾ ਕੀਤਾ ਬਰੀਕ ਪਛਮ ਉੱਠਾ ਵੀ ਦੋਸਤਾਂ ਚੈੱਕ ਕਰਵਾ ਦਿੰਨੇ ਸੇਮ ਇੱਕ ਹੀ ਕਲਰ ਵਿੱਚ ਨਸਲ ਕੀ ਭਾਈ ਅਸਦ ਦੀ ਫਰੀਜ਼ੀਅਨ ਤੇ ਚੋਲਸਤਾਨੀ ਮੁੰਨਾ ਭਾਈ ਜਾ ਰੱਖੋ ਥੱਲੇ ਜ਼ਰਾ ਜਾ ਕੀ ਪਿੱਛੇ ਦੇ ਆਪ ਹੀ ਪਰਲੀ ਸਾਈਡ ਤੇ ਹੋ ਜ਼ਰਾ ਗਾਂਪੂਰੀ ਨਜ਼ਰ ਆਏ ਇਹ ਪਿੱਛੇ ਦੇ ਬੱਚਾ ਵੇ ਤੇ ਨਾੜੂ ਵੀ ਸਾਹਮਣੇ ਨਜ਼ਰ ਆਉਂਦਾ ਪਰ ਨਾੜੂ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਬਲੈਕ ਬਿਊਟੀ ਕਾਲੇ ਥਣ ਸੋਹਣੇ ਪਾਵਰਫੁੱਲ ਮੱਝਾਂ ਲੈ ਲੈ ਚਲੋ ਭਾਈ ਜਾਨ ਤੇ ਬੋਲਾ ਦੋਵਾਂ ਟਾਈਮਾਂ ਦਾ ਟੋਟਲ 18-19 ਕਿਲੋ ਮਾਸ਼ਾਅੱਲਾ ਜੀ ਲੰਮੀ ਟੋਰ ਕੇ ਭਾਈ ਖੜੇ ਜ਼ਰਾ ਟੋਰ ਵੀ ਦੋਸਤਾਂ ਚੈੱਕ ਕਰਵਾਉਂਦੇ ਆ ਪੂਰੀ ਸ਼ਾਨਦਾਰ ਅਸਲੀ ਤੇ ਨਸਲੀ ਚੀਜ਼ ਹੈ ਨੰਬਰ 4 ਤੇ ਚੈੱਕ ਕਰਵਾਈਏ ਮਾਸ਼ਾਅੱਲਾ ਜੀ ਕੀ ਰੇਟ ਹੈ ਭਾਈ ਅਸਸ ਸਾਹਿਬ ਐਡ ਨੰਬਰ 4 ਦਾ 4,60,000 ਰੁਪਏ 4 ਲੱਖ ਤੇ 60,000 ਜੀ ਬਿਹਤਰ ਹੋ ਗਿਆ ਅੱਗੇ ਭਾਈ ਲਿਆਓ ਜੀ ਝੋਟੀ ਨੰਬਰ 1 ਲਿਆਓ ਭਾਈ ਇੰਜ ਗਾਣੇ 7-7 ਲੱਖ ਰੁਪਏ 6-6 ਲੱਖ ਰੁਪਏ ਮੰਗਦੇ ਨੇ ਆ ਬਿਹਤਰ ਹੋ ਗਿਆ ਚੀਜ਼ ਚੰਗੀ ਮਾਸ਼ਾਅੱਲਾ ਜੀ ਸੁਆ ਵੀ ਸ਼ਾਰਟ ਹੈ ਮਾਰਕੀਟ ਦੋਸਤਾਂ ਚੈੱਕ ਕਰ ਲੈਣੀ ਮਜ਼ੀਦ ਭਾਈ ਅਸਸ ਦੀ ਵੀ ਕੋਸ਼ਿਸ਼ ਹੈ ਕਿ ਰੇਟ ਅੱਛੇ ਹੋਣ ਤੇ ਦੋਸਤਾਂ ਕਮੈਂਟ ਕਰਕੇ ਦੱਸਣਾ ਕਿ ਰੇਟ ਅੱਛੇ ਲੱਗੇ ਨੇ ਜਾਂ ਨਹੀਂ ਲੱਗੇ ਅੱਗੇ ਆ ਗਈ ਜੀ ਝੋਟੀ ਨੰਬਰ 1 ਆ ਗਈ ਮਾਸ਼ਾਅੱਲਾ ਜੀ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਇੱਕ ਸਿੰਘ ਦੀ ਫੋਮਟੀ ਲੱਗੀ ਹੈ ਸੁਆ ਕਿਨਵਾਂ ਨੇ ਸੋਣਾ ਜੀ ਖਿਲਾ ਰਿਓ ਸੁਆ ਦੂਸਰਾ ਸੋਣਾ ਹੈ ਵੀ ਕਾਦਾ ਵਰੇ ਬਰੀਕ ਚਮੜੀ ਹੈ ਖਾਣ ਮਾਸ਼ਾਅੱਲਾ ਜੀ ਕੁਆਲਿਟੀ ਦੋਸਤਾਂ ਵੇਖ ਲੈਣੀ ਹੈ ਕਿੰਨੇ ਮਹੀਨੇ ਦੀ ਕੱਪੜੇ ਜੀ ਹਾਂਜੀ 8 ਮਹੀਨੇ ਮੁਕੰਮਲ ਹੋ ਗਏ ਨੇ 8ਵੇਂ ਚ ਲੱਗੀ ਠੀਕ 7 ਮੁਕੰਮਲ ਹੋ ਗਏ ਨੇ 8ਵੇਂ ਚ ਲੱਗੀ ਜੀ ਬਿਹਤਰ ਹੋ ਗਿਆ ਸੁਬਾਹ ਦੂਸਰਾ ਸੋਣਾ 7 ਮਹੀਨੇ ਮੁਕੰਮਲ ਹੋ ਗਏ ਨੇ 8ਵੇਂ ਮਹੀਨੇ ਚ ਲੱਗੀ ਥਾਣ ਵੀ ਦੋਸਤਾਂ ਚੈੱਕ ਕਰਵਾ ਦਿੰਨੇ ਆ ਸੋਹਣੇ ਮੁੱਠੀ ਤਾਂ ਲੈ ਚਲੋ ਭਾਈ ਜਾਨ ਨਾਲ ਗਾਜਾ ਟੁਰ ਕੇ ਲਿਆਓ ਜੀ ਇਹ ਘਰ ਦੀ ਲਿਆਂਦੀ ਹੈ ਹੁਣੀ ਆਪਣੇ ਕੋਲੇ ਦਿੱਤੀਆਂ ਤੇ ਤਿਆਰ ਹੋਈਆਂ ਵਾਪਸ ਆਈਆਂ ਠੀਕ ਹੈ ਲਿਆਓ ਭਾਈ ਵਰਤਾ ਕੇ ਪੁੱਠਾ ਵੀ ਦੋਸਤਾਂ ਵੇਖ ਲੈਣਾ ਜੇ ਰਿਕਾਰਡ ਦਾ ਪਤਾ ਤੇ ਫਿਰ ਦੱਸ ਲਵੋ ਜੇ ਨਹੀਂ ਪਤਾ ਤੇ ਫਿਰ ਰਹਿਣ ਦਵੋ ਠੀਕ ਹੈ ਰਹਿਣ ਦੋ ਚੀਜ਼ ਵੈਸੇ ਚੰਗੀ ਹੈ ਭਾਈ ਅਸਾ ਦਾ ਜ਼ਹਿਨ ਹੈ ਐਵੇਂ ਕੋਈ ਗਲਤ ਬਿਆਨੀ ਹੋਈ ਹੈ ਤੇ ਮੁਨਾਸਬ ਨਹੀਂ ਹੈ ਚੀਜ਼ ਚੰਗੀ ਹੈ 7 ਮਹੀਨੇ ਮੁਕੰਮਲ ਹੋ ਗਏ ਨੇ 8ਵੇਂ ਮਹੀਨੇ ਚ ਲੱਗੀ ਹੈ ਕੀ ਰੇਟ ਹੈ ਅੱਜ ਦਾ ਸੋਨਾ ਜਿਆ ਜੀ ਬਿਹਤਰ ਹੋ ਗਿਆ ਲਾਓ ਜੀ ਸੋਨਾ ਜਿਆ ਰੇਟ ਦਾ ਅੱਜ ਜੋੜੇ ਦਾ ਰੇਟ ਦਾ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ
पहलवान चीज है, कद भी चंगा है, रवेल भी काफी है, हाइट दोस्त वेख लैनी है। भाई अब्दुल्ला खिलारो हाथे माशाल्लाह जी, सम चेक करनी है माशाल्लाह जी, कालिया अखा ने दो अखा की रंगत भी सेम है, चेहरा भी दोस्तों चेक करवा दिने। कब्बन है जी, अठ महीने मुकम्मल हो गए ने, नवे महीने च लगी है तकरीबन दो महीनों की मेहनत बाकी है माशाल्लाह जी। सुबह दूसरा सोना है, सुबह तीसरा सोना है, जिसामत गिडी है, थान दोस्तों वेखने सोने मुठी माशाल्लाह जी। हल्का जहा भाई टोरके लिया जरा उठा भी दोस्तों चेक करवा लिया, रवेल भी काफी है, भी सेहतमंद नवाब चीज नंबर दो चेक करवाने माशाल्लाह जी। लिया भाई अब्दुल्ला पर आके उठा भी दोस्तों चेक करवा दिने, ठीक है ला चलो भाई लम्मी टोर के माशा। सुबह तीसरा बॉडी स्कोर ठीक है भी कादावर, रवेल भी काफी माशाल्लाह जी, अठ महीने मुकम्मल हो गए ने, नवे महीने च लगी है। लिया भाई नाल जरा की रेट है जी भाई असर साहब जोड़े का, जोड़े का 7 लाख रुपया, 7 लाख ठीक है। दुआ में मझा का रेट है जी 7 लाख, अगर किसी ने एक एक पसंद आई है फिर कॉल करके, यानी कि फिर एक एक का रेट अलग हो जाएगा, जोड़े का रेट है 7 लाख, बेहतर हो गया। मजीद कोई दोस्तों वास्ते पैगाम, ठीक है, बहुत शुक्रिया जी, उम्मीद करने दोस्तों वीडियो पसंद आई होगी, इजाजत चाहते हैं, अल्लाह हाफिज़।